ਸੈਕਿੰਡ ਆਈਟਮ ਹੈਲਥੀ ਚਿਕਨ ਆ, ਤੁਸੀਂ ਦੇਖ ਸਕਦੇ ਜੇ ਕੇਜ ਫਰੀ, ਨੋ ਹਾਰਮੋਨ, 100% ਵੈਜੀਟੇਰੀਅਨ ਫੈਡ ਚਿਕਨ. ਚਿਕਨ ਨੂੰ ਦੇਖੋ ਕਿੱਦਾਂ ਆਉਂਦੇ ਇੱਥੇ, ਚਿਕਨ ਦੇਖੋ ਕਿੱਦਾਂ ਆਉਂਦੇ ਇੱਥੇ, ਖੁੱਲ ਜਾਏ ਹੁਣ. ਆ ਲੈ ਦੇਖੋ ਚਿਕਨ, ਹਰ ਕੰਟਰੀ ਦਾ ਡਿਫਰੈਂਟ ਹਿਸਾਬ. ਹੁਣ ਸਾਡਾ ਹੁਣ ਬਣਾਉਣ ਲੱਗੇ ਆਪਾਂ ਚਿਕਨ ਵਿੰਗਸ. ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਨਾ, ਜਦੋਂ ਵੀ ਕੁਛ ਵੀ ਬਾਹਰੋਂ ਖਰੀਦੀਦਾ, ਮੀਟ ਮੂਟ ਹੁੰਦਾ, ਉਹਨੂੰ ਪਹਿਲਾਂ ਧੋਵੋ, ਠੀਕ ਆ? ਵਾਸ਼ ਕਰੋ, ਹਮੇਸ਼ਾ ਵਾਸ਼ ਕਰੋ ਉਹਨੂੰ, ਵਾਸ਼ ਕਰੋ, ਧੋ ਉਹਨੂੰ ਚੰਗੀ ਤਰ੍ਹਾਂ ਧੋ ਕੇ ਫੇਰ ਕੱਟ, ਫੇਰ ਪ੍ਰੈਪ ਪ੍ਰੂਪ ਕਰਿਓ ਨਾ. ਨਾਲੇ ਇਹ ਵਿੰਗਸ ਵੀ ਹੈਲਥੀ ਆ, ਚੰਗੀ ਤਰ੍ਹਾਂ ਧੋ ਲਿਆ ਕਰੋ ਮੀਟ ਨੂੰ, ਉੱਦਾਂ ਨਾ ਖਾਇਆ ਕਰੋ. ਹਾਂ, ਬਹੁਤ ਜ਼ਰੂਰੀ ਚੀਜ਼ ਹੈ ਯਾਰ, ਮੀਟ ਨੂੰ ਹਮੇਸ਼ਾ ਧੋ ਕੇ ਯੂਜ਼ ਕਰੋ, ਯੂਜ਼ ਕਰੋ ਨਹੀਂ ਖਾਓ. ਇੱਥੇ ਪੂਰੇ ਦੇ ਪੂਰਾ ਵਿੰਗ ਆਉਂਦਾ, ਫਿਰ ਇਹਨੂੰ ਕੱਟਣੇ ਪੈਂਦਾ ਤਿੰਨਾਂ ਪਾਰਟਾਂ 'ਚ. ਇੱਕ ਤਾਂ ਆਹ ਜਿਹੜਾ ਵਿੰਗ ਆ ਹੁੰਦਾ ਨਾ, ਇਹਨੂੰ ਇੱਦਾਂ ਲਾ ਦੀ ਦੇ ਨਾਲ, ਆਹ ਸਿੱਟੋ. ਕਈ ਲੋਕੀ ਇਹ ਸਾਰਾ ਖਾ ਲੈਂਦੇ, ਆਪਾਂ ਇਹ ਲਾ ਦੀ ਦਾ, ਠੀਕ ਆ? ਤੇ ਇਹਨੂੰ ਇੱਥੋਂ ਗੱਭਿਓ ਕੱਟਣਾ ਇੱਦਾਂ, ਆਹ ਨਾ, ਸਹੀ ਆ, ਇੱਦਾਂ. ਤੇ ਦੋ ਪੀਸ ਬਣ ਜਾਂਦੇ ਆ ਨਾ ਵਿੰਗਸ ਦੇ, ਆਹ ਡਰਮ ਸਟਿਕ ਆ ਗਿਆ ਤੇ ਵਿੰਗ ਆ ਗਿਆ, ਠੀਕ ਆ? ਹੁਣ ਆ ਜਿਹੜੀ ਦੂਜੀ ਆਈਟਮ ਬਣਾਉਣ ਲੱਗੇ, ਇਹ ਹੈਗੇ ਸਾਡੇ ਫਿਊਜ਼ਨ ਸਟਾਈਲ ਚਿਕਨ ਵਿੰਗ. ਇਹਦਾ ਮਤਲਬ ਹੁੰਦਾ ਫਿਊਜ਼ਨ, ਫਿਊਜ਼ਨ ਨਹੀਂ ਪੜਨਾ, ਇੰਡੀਅਨ ਤੇ ਗੋਰਿਆਂ ਦਾ ਮੁਰਗਾ ਮਿਕਸ, ਫਿਊਜ਼ਨ ਇਹੀ ਕਹਿੰਦਾ, ਥੋੜੇ ਗੋਰਿਆਂ ਦਾ ਮਿਕਸ, ਥੋੜੇ ਸਾਡਾ ਪੰਜਾਬੀ ਮਿਕਸ, ਇਦਾਂ ਕਹਿੰਦੇ ਆ ਫਿਊਜ਼ਨ ਸਟਾਈਲ, ਠੀਕ ਆ? ਬਿਲਕੁਲ. ਕੀ ਸਟੈਪ ਹੈ ਤੇ ਸਰ ਬਗਲੇ? ਹੁਣ ਸਟੈਪ ਇਹ ਹੈਗੇ, ਆਹ ਹੈਗਾ ਸਾਡਾ ਵੱਡਾ ਪਤੀਲਾ, ਠੀਕ ਹੈ? ਪਤੀਲਾ, ਠੀਕ. ਇਹ ਚਾਹਦਾ ਪੁੱਤ ਸਹਿਜੀ ਇੱਕ ਮਿੰਟ, ਠੀਕ ਹੈ? ਹੁਣ ਆਪਾਂ ਪਾਉਣੇ ਮਸਾਲੇ, ਠੀਕ ਆ? ਹੈਗਾ ਸਾਡਾ ਗਰਮ ਮਸਾਲਾ, ਜੀਰਾ ਮਸਾਲਾ, ਹੈਨਾ, ਇਹ ਪਾਉਣਾ, ਇਹ ਇੱਕ ਦੋ ਚਮਚੇ ਇਹ ਪਾ ਦਿੰਦੇ, ਠੀਕ ਆ? ਆਹ ਹੈਗੀਆਂ ਲਾਲ ਮਿਰਚਾਂ, ਇਹ ਤਾਂ ਵਿੰਗਸ ਆ, ਹੁਣ ਸਪਾਈਸੀ ਰੱਖਣੇ ਪੈਂਦੇ, ਠੀਕ ਆ? ਲੂਣ ਇੱਕ ਚਮਚਾ ਪਾਓ, ਆਪਣੇ ਹਿਸਾਬ ਨਾਲ ਲੂਣ ਪਾ ਲਿਓ, ਤੇ ਹਲਦੀ ਇਹ ਵੀ ਪਾਓ ਥੋੜੀ, ਠੀਕ ਆ? ਤੇ ਆਹ ਹੈਗੀਆਂ ਕਾਲੀਆਂ ਮਿਰਚਾਂ, ਇਹ ਵੀ ਪਾਤੀਆਂ, ਠੀਕ ਆ? ਹੁਣ ਆਹ ਹੈਗਾ ਮਿੰਸ ਗਾਰਲਿਕ, ਇਹ ਹੈਗਾ ਜਿਹੜਾ ਗਾਰਲਿਕ ਕੀ ਕਹਿੰਦਾ ਸਾਡਾ ਲਸਣ, ਇਹਨੂੰ ਪਾਈਏ, ਠੀਕ ਆ? ਇਹ ਵੀ ਇੱਕ ਚਮਚਾ ਪਾਉਣਾ ਲਸਣ ਦਾ, ਠੀਕ ਆ? ਮੈਂ ਜ਼ਿਆਦਾ ਪਾਉਣਾ ਥੋੜ੍ਹਾ. ਅਤੇ ਆਹ ਹੈਗਾ ਰੈਡ ਹਾਟ ਸੌਸ, ਹੈਗਾ ਜਿਹੜਾ ਰੂਸਟਰ ਹਾਟ ਸੌਸ, ਇਹ ਪਾਉਣਾ, ਫਲੇਵਰ ਬਣ ਜਾਂਦਾ ਇਹਦੇ ਨਾਲ, ਫਲੇਵਰ ਬਣ ਜਾਂਦਾ ਚੰਗੀ ਤਰ੍ਹਾਂ. ਤੇ ਆਹ ਹੈਗਾ ਬਾਰਬੀਕਿਊ ਸੌਸ, ਠੀਕ ਆ? ਇਹਨਾਂ ਥੋੜੇ ਮਿੱਠਾ ਜਿਹਾ ਬਣ ਜਾਣਾ, ਠੀਕ ਆ? ਜਿਹੜਾ ਮਿਰਚਾਂ ਵਾਲਾ ਮਿੱਠਾ ਜਿਹਾ ਸਵਾਦ ਹੋ ਜਾਣਾ, ਵਧੀਆ ਟੈਂਗੀ ਜਿਹਾ ਬਣ ਜਾਂਦਾ, ਠੀਕ ਆ? ਤੇ ਜਿਹੜੀ ਇੱਕ ਇੰਪੋਰਟੈਂਟ ਚੀਜ਼ ਹੈਗੀ, ਆਹ ਹੈਗਾ ਸਾਡਾ ਗਾਰਲ, ਕੀ ਕਹਿੰਦਾ, ਅਦਰਕ, ਅਦਰਕ ਇਹਨੂੰ ਪਚਣਾ ਇੱਦਾਂ, ਸ਼ੈਡ ਕਰ ਦੇਣਾ ਸਾਰੀ ਨੂੰ, ਇਹਨਾਂ ਫਲੇਵਰ ਬਹੁਤ ਵਧੀਆ ਬਣ ਜਾਂਦਾ, ਠੀਕ ਆ? ਆਹ ਹੈਗਾ ਮਿਕਸਚਰ, ਇਹਨੂੰ ਮਿਕਸ ਕਰਨਾ ਹੁਣ ਕੀ ਹੈ ਨਾ, ਹਾਂ, ਪਹਿਲਾਂ ਸਾਰਾ ਸਮਾਨ ਜਿਹੜਾ ਦਿਖਾਇਆ ਪਾਤਾ ਵਿੱਚ, ਤੇ ਇਹਨੂੰ ਬਣਾਉਣ ਤੋਂ ਪਹਿਲਾਂ ਹਨਾ 5-10 ਮਿੰਟ ਬਾਹਰ ਸਾਈਡ ਤੇ ਰਹਿਣ ਦੋ ਪਿਆ, ਠੀਕ ਆ? ਤੇ ਫਲੇਵਰ ਇਹਦਾ ਚੰਗਾ ਹੋ ਜਾਊਗਾ, ਪੂਰੀ ਚੰਗੀ ਤਰ੍ਹਾਂ ਮੈਰੀਨੇਟ ਹੋ ਜਾਊਗਾ, ਮੈਰੀਨੇਟ ਹੋ ਜਾਊਗਾ. ਬਸ ਇਹਨੂੰ, ਚਲੋ ਹੁਣ ਆਪਾਂ ਰੱਖਣ ਲੱਗੇ ਨੇ ਸਟੋਵ ਤੇ, ਠੀਕ ਆ? ਹੁਣ ਇਹਨੂੰ ਆਪਾਂ 10 ਮਿੰਟ ਸਟੋਵ ਤੇ ਕੁੱਕ ਕਰਨਾ, ਜਦੋਂ ਇਹ ਹੋ ਗਿਆ ਇਤੋਂ ਕੱਢ ਕੇ ਫੇਰ ਆਪਾਂ ਓਵਨ ਚ ਰੱਖਣਾ, ਠੀਕ ਆ? ਹੁਣ ਇਹਨੂੰ 10 ਮਿੰਟ ਸਟੋਵ ਤੇ ਕਰਨਾ ਮੀਡੀਅਮ ਤੇ ਹੀਟ ਤੇ, ਠੀਕ ਆ? ਜੀਜੇ ਨੂੰ ਸਾਡੇ ਨੂੰ ਯਾਰ ਸਭ ਕੁਝ ਆਉਂਦਾ, ਜਦੋਂ ਜੀਜਾ ਘਰੇ ਹੁੰਦਾ ਹਨਾ, ਆਪਾਂ ਆਈਦਾ ਗਾ, ਪਤਾ ਹੀ ਨਹੀਂ ਕੀ ਕੁਛ ਖਾਣ ਨੂੰ ਬਣਾਉਂਦਾ ਗਾ, ਕੀ ਕੀ ਚੀਜ਼ਾਂ, ਸਮੂਦੀ, ਕੋਈ ਬ੍ਰੇਕਫਾਸਟ 5 ਮਿੰਟ ਮਾਰਦਾ, ਤੇ ਜਦੋਂ ਸਾਡੀ ਭੈਣ ਦੇ ਹੁੰਦੇ ਆਉਣੇ ਆਗੇ, ਚਾਹ ਨਾਲ ਬਿਸਕੁਟ ਰੱਖਦਾ ਰਹੀ ਹੈ ਸਾਡੇ ਅੱਗੇ, ਬਿਸਕੁਟ ਵੀ ਆਪ ਕਹਿ ਦੂ ਵੀ ਉੱਥੇ ਬਿਸਕੁਟ ਪਿਆ, ਉਹ ਚੱਕ ਲਓ, ਉਹਨੇ ਵੀ ਕਹਿਣਾ ਜੇ ਮੁੱਕੇ ਲਾਇਆ. ਪਰ ਗੱਲ ਪਤਾ ਕੀ ਆ ਯਾਰ, ਭੈਣ ਆਪਣੀ ਡਾਕਟਰ ਆ, ਡਾਕਟਰ ਨਾਲ ਵਿਆਹ ਕਰਾਉਣਾ ਚੀਜ਼ਾਂ ਫਿਰ ਆਹ ਚੀਜ਼ਾਂ ਤਾਂ ਕਰਨੀਆਂ. ਸੋ ਆ ਸਰ ਸਟੋਵ ਚ ਬਣ ਰਹੇ ਆ, ਕਿੰਨੇ ਕੁ ਚਿਰ ਤੱਕ ਇੱਥੇ ਰੱਖਣੇ ਆ? 10 ਮਿੰਟ ਕਰਨੇ ਨੇ ਚੰਗੀ ਤਰ੍ਹਾਂ, 10 ਮਿੰਟ ਬਣਾਓ ਤਾਂ ਸਟੋਵ ਤੇ ਮੀਡੀਅਮ ਹੀਟ ਤੇ, ਠੀਕ ਹੈ? ਜਦੋਂ ਇਹ ਬਣ ਗਏ ਤੇ ਆਪਾਂ ਇਹਨੂੰ ਓਵਨ ਦੇ ਵਿੱਚ ਬੇਕ ਕਰਨਾ, ਉਹ ਵੀ ਫਿਰ ਅੱਧੇ ਕੁ ਘੰਟੇ ਬੇਕ ਕਰਨੇ. ਹਾਂ ਠੀਕ ਆ, ਓਕੇ. ਆ 10 ਮਿੰਟਾਂ ਬਾਅਦ ਕੁੱਕ ਹੋ ਗਿਆ ਨਾ ਸਰ? ਆ 10 ਮਿੰਟ ਕੁੱਕ ਹੋ ਗਏ, ਹੁਣ ਦੇਖੋ ਨਾ ਕਿਦਾਂ ਆ ਸਾਫ ਹੋ ਗਿਆ. ਹਾਂ ਆ ਦੇ ਨਾ, ਆ ਦੇ, ਵਾਹ ਜੀ ਵਾਹ. ਹੁਣ ਆਪਾਂ ਇਹਨੂੰ ਪਤਾ ਕੀ ਕਰਨਾ, ਹੁਣ ਇਹਚੋਂ ਕੱਢ ਕੇ ਓਵਨ ਦੇ ਵਿੱਚ ਰੱਖਣੇ, ਠੀਕ ਆ? ਇਹਚ ਪਾ ਕੇ ਜਿਹਨੂੰ ਓਵਨ ਚ ਰੱਖਦੇ ਆਪਾਂ ਅੱਧੇ ਘੰਟੇ ਲਈ, ਠੀਕ ਆ? ਅੱਧੇ ਘੰਟੇ ਲਈ ਨੂੰ ਓਵਨ ਚ ਰੱਖਣਾ, 375 ਕਰਾ ਦੋ ਅੱਧੇ ਘੰਟੇ ਲਈ, ਤੇ ਫਿਰ ਬਣ ਜਾਣੇ, ਠੀਕ ਆ? ਓਕੇ ਚਲੋ.
ਵਾਓ That looks good. Yeah. Time for baking. Baking. It smells good too. ਯਾਰ ਵਧੀਆ ਹੈ ਯਾਰ ਗੈਟ ਟੂਗੈਦਰ ਜਿੱਥੇ ਵੀ ਆਪਣਾ ਬਣਾ ਕੇ ਖਾਓ ਤੁਸੀਂ ਵਿੰਗਸ ਈਜ਼ੀ ਸਿੰਪਲ ਹੁਣ ਜੇ ਵੇਕ ਕਰ ਦਿੱਤੇ ਨਾ ਸੌਸ ਦੇ ਨਾਲ ਇਹਨੇ ਬਹੁਤ ਵਧੀਆ ਬਣਨੇ ਹਨਾ ਹੱਡੀ ਤੋਂ ਮਾਸ ਉਦੀ ਦੱਸ ਕੇ ਨਾ ਦੇਖਿਆ ਹਾਂ ਠੀਕ ਹੈ ਬਹੁਤ ਬੇਕ ਹੁਣ ਥੱਲੇ ਰੱਖਣੇ ਸਰ ਪੇ ਤੂੰ ਹੁਣ ਬੇਕ ਕਰਨਾ ਪਾਣੀ ਉਹਦੇ ਘੰਟੇ ਹੁਣ ਇਹਨੂੰ ਬੇਕ ਕਰਨਾ ਇਹਦੇ ਵਿੱਚ ਰੱਖ ਓਵਨ ਚ ਰੱਖ ਕੇ ਹਾਂ ਓਕੇ ਹੁਣ ਅੱਧਾ ਘੰਟਾ ਬੇਕ ਓਵਨ ਦੇ ਵਿੱਚ ਠੀਕ ਹੁਣ ਹੁਣ ਲੱਗਾ ਸਾਡਾ ਦੂਜਾ ਪਾਰਟ ਫਾਈਨਲ ਪਾਰਟ ਚਿਕਨ ਵਿੰਗਸ ਦੇ ਨਾਲ ਠੀਕ ਹੈ ਹਾਂ ਹੁਣ ਆਪਾਂ ਇਹਨੂੰ ਬੇਕ ਕਰਨ ਲੱਗੇ ਆ ਕਿਆ ਬਾਤ ਹੈ ਪ੍ਰੀਤ ਕਿੱਧਰ ਹੈ ਪ੍ਰੀਤ ਹੁਣ ਮੇਰੀ ਜਾਬ ਹੈ ਕੰਮ ਚੱਕਮੋ ਚੱਕਲ ਵਾਲੀ ਆ ਨਾ ਹੁਣ ਮੇਰੀ ਜਾਬ ਆ ਹਾਂ ਉਹ ਚੱਲ ਹੁਣ ਇੱਕ ਦੋ ਰੱਖ ਪੂਰੀ ਤਰ੍ਹਾਂ ਡਰਾਈਵ ਹੋ ਗਏ ਐਗਜ਼ੈਕਟਲੀ ਡਰਾਈਵ ਹੀ ਆ ਸਾਹ ਉਹ ਇਹ ਚੀਜ਼ ਹੈ ਨਾ ਨਾ ਚੱਕ ਹੋਏਗੇ ਛੋਟੀ ਵਾਲੀ ਚੱਕ ਲੈਣਾ ਠਹਿਰ ਕੇ ਖਾਣਾ ਕੈਮਰੇ ਆਸੇ ਮੈਂ ਛੋਟੀ ਚੱਕਦਾ ਹਾਂ ਜਿਵੇਂ ਆਪਣੇ ਉਰੇ ਮੂਵੀ 'ਚ ਨਹੀਂ ਛੋਟੇ ਛੋਟੇ ਸਮਾਨ ਪਾਉਂਦੇ ਜਦੋਂ ਵੀਡੀਓ ਵਾਈ ਦੇ ਨਾਲ ਜਿਵੇਂ ਵਿਆਹ 'ਚ ਨਹੀਂ ਜਦੋਂ ਕੈਮਰਾ ਕਰਾ ਕੈਮਰੇ ਵਾਲਾ ਆ ਜਾਂਦਾ ਨਾ ਨਾ ਬਸ ਬਸ ਆਹ ਥੱਲੇ ਵਾਲਾ ਪੀਸ ਨਾ ਆ ਦੇ ਕਿੰਨਾ ਬਹੁਤ ਹੋ ਗਿਆ ਆਹ ਦੇ ਕਿੰਨਾ ਵਧੀਆ ਤੂੰ ਆ ਵੱਡਾ ਇੱਕ ਆ ਰੱਖ ਦੇ ਭਾਵਾਂ ਤੂੰ ਉਹ ਛੋਟਾ ਖਾ ਕੇ ਦੇ ਸਰਬ ਬਸ ਤੇਰਾ ਆਹੀ ਪਿਆਰ ਸਾਨੂੰ ਨਾ ਕਿਤੇ ਜਾਣ ਨਹੀਂ ਦਿੰਦਾ ਰੋਟੀ ਖਾਣ ਸੀ ਤਾਂ ਹੀ ਉਰੇ ਆਈਦਾ ਕੋਈ ਗੱਲ ਲੇਟ ਤਿਆਰ ਹੋ ਕਿਦਾਂ ਰਿਹਾ ਠੀਕ ਹੈ ਮੈਂ ਫੇਕ ਨਹੀਂ ਕਰ ਰਿਹਾ ਵਾਕਈ ਸਵਾਦ ਆ ਬਹੁਤ ਸਵਾਦ ਆ ਯਾਰ ਨਹੀਂ ਕੁਕਿੰਗ ਤਾਂ ਸਰਬ ਦੀ ਜਮਾ ਸਿਰਾ ਹੁੰਦੀ ਆ ਆਈ ਐਗਰੀ ਬੇਸਿਕਲੀ ਯਾਰ ਸਰਬ ਕੋ 100 ਰੈਸਪੀਆਂ ਪਈਆਂ ਹੋਣਗੀਆਂ ਹਰ ਇੱਕ ਚੀਜ਼ ਦੀਆਂ ਪ੍ਰੋਪਰ ਵੇ ਵੀ ਕਰ ਸਕਦੇ ਆ ਆਪਾਂ ਜੇ ਤੁਸੀਂ ਇਹੋ ਜਿਹੀ ਵੀਡੀਓ ਪਸੰਦ ਕਰਦੇ ਜੇ ਸਾਨੂੰ ਦੱਸਿਓ ਵਿਹਲੇ ਹੁੰਦੇ ਆ ਤੇ ਮੈਂ ਰੈਸਟੋਰੈਂਟ ਤੇ ਜ਼ਿਆਦਾ ਚੀਜ਼ਾਂ ਬਣਾਵਾਂਗੇ ਇੱਥੇ ਹਾਂ ਸਹੀ ਆ ਸਹੀ ਆ ਆਲੂ ਵਧੀਆ ਆਏ ਆ ਕਰਨੇ ਦੇ ਐਨੀਵੇਜ਼ ਗਾਇਜ਼ ਸੋ ਥੈਂਕ ਯੂ ਤੁਹਾਨੂੰ ਪਤਾ ਹੀ ਆ ਲਾਈਕ ਐਂਡ ਸਬਸਕ੍ਰਾਈਬ ਟੂ ਸਾਡੀ ਲਾਈਫ ਨਹੀਂ ਬਹੁਤ ਵਧੀਆ